ਹਲੋ ਸੋਸੀਕਾ ਸਰਾਨੂੰ ਜੀ ਤੇ ਵੈਲਕਮ ਕਰਦੇ ਆ ਆਪਣੀ ਨਵੀਂ ਵੀਡੀਓ ਚ ਤੇ ਇਸ ਵੀਡੀਓ ਚ ਆਪਾਂ ਗੱਲ ਕਰਦੇ ਆਂਗੇ 96 ਜਿਹੜਾ ਬਿੱਲ ਪਾਸ ਹੋਇਆ 96 ਬਿੱਲ ਪਾਸ ਹੋਇਆ ਤੇ ਜਿਹੜੇ ਮਾੜੇ ਡਿਸੀਜਨ ਨਿਊ ਬ੍ਰੈਂਸਵਿਕ ਚ ਲਾਏ ਗਏ ਨੇ ਤੇ ਨੋਵਾ ਸਕੋਸ਼ੀਆ ਵਿੱਚ ਜਿਹੜੇ ਮਾੜੇ ਡਿਸੀਜਨ ਇਮੀਗ੍ਰੇਸ਼ਨ ਨੇ ਲਾਇਆ ਬਿਨਾਂ ਕਿਸੇ ਨੋਟਿਸ ਤੋਂ ਤੇ ਇਸ ਵਿੱਚ ਕੀ ਕੀ ਉਹਨਾਂ ਨੂੰ ਨੁਕਸਾਨ ਆ ਹਨਾ ਨੁਕਸਾਨ ਤੇ ਕਦੋਂ ਲੈਤੇ ਗਏ ਨੇ ਤੇ ਕੀ ਹੁਣ ਅਗਲਾ ਕੋਈ ਉਹਨਾਂ ਦਾ ਹੈਗਾ ਰੈਜ਼ਮੀ ਕਰਨ ਦਾ ਯਾ ਨਹੀਂ ਇਸ ਵੀਡੀਓ ਚ ਆਪਾਂ ਸਾਰਾ ਕੁਝ ਡਿਸਕਸ ਕਰਦੇ ਆਂ ਤੇ ਇਮੀਗ੍ਰੇਸ਼ਨ ਨੇ ਨੋਵਾ ਸਕੋਸ਼ੀਆ ਚ ਐਕਸਪ੍ਰੈਸ ਐਂਟਰੀ ਬੰਦ ਕਰਤੀ ਅੰਡਰ ਪੀ ਐਨ ਪੀ 96311 ਹਨਾ ਜਿਹੜਾ ਸੁਪਰਵਾਈਜ਼ਰ ਹੁੰਦਾਗਾ ਆਪਣੇ ਕਿਸੇ ਵੀ ਫੂਡ ਦਾ ਜਾਂ ਰੈਸਟੋਰੈਂਟ ਦਾ ਕਹਿੰਦੇ ਅਸੀਂ ਉਹਦੀਆਂ ਜਿਹੜੀਆਂ ਫਾਈਲਾਂ ਸੀ ਉਹ ਨਹੀਂ ਐਕਸੈਪਟ ਕਰਦੇ ਤੇ ਮੋਸਟਲੀ ਨੋਵਾ ਸਕੋਸ਼ੀਆ ਚ ਜਿਹੜੇ ਆਪਣੇ ਬੱਚੇ ਜਾਂਦੇ ਆ ਉਹ ਹੀ ਕੰਮ ਕਰਦੇ ਸੁਪਰਵਾਈਜ਼ਰ ਹੀ ਬਣਦੇ ਆ ਹੋਰ ਉਹਨਾਂ ਨੇ ਕੀ ਕਰਨਾ ਹਨਾ ਤੇ ਇਹ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੋਇਆਗਾ ਨਵਾਂ ਗੋਸ਼ਿਆ ਲਾਣੋ ਤੇ ਨਿਊ ਬ੍ਰੇਨ ਸਿਕਵਲ ਕਾਲਿਆਂ ਨੇ ਵੀ ਸੇਮ ਹੀ ਕਰਿਆ ਉਹਨਾਂ ਨੇ ਵੀ ਬਿਨਾ ਕਿਸੇ ਨੋਟਿਸ ਤੋਂ ਉਹਨਾਂ ਨੇ ਤਿੰਨ ਜਿਹੜੀਆਂ ਜੌਬਸ ਨੇ ਉਹਨਾਂ ਨੂੰ ਬੰਦ ਕਰਤਾ ਨਹੀਂ ਫੈਲਾ ਲੈਣੀਆਂ ਬੰਦ ਕਰਤੀਆਂ ਇੱਕ ਦਾ 63 11 ਸੇਮ ਫੂਡ ਸੁਪਰਵਾਈਜ਼ਰ ਦਾ ਇਹਨਾਂ ਨੇ 67 11 ਫੂਡ ਕਾਊਂਟਰ ਅਟੈਂਡੈਂਟ ਦਾ ਤੇ ਇੱਕ ਹੈਗਾਗਾ 65 13 ਜਿਹੜਾ ਫੂਡ ਐਂਡ ਬਰੇਵਰੀਜ ਸਰਵਰ ਹੁੰਦਾਗਾ ਹਨਾ ਵੀ ਜਿਵੇਂ ਆਪਾਂ ਕਹਿ ਦਈਏ ਸ਼ਰਾਬ ਚ ਰੂਪ ਜਿਹੜੇ ਵੇਚਦੇ ਨੇ ਹਨਾ ਤੇ ਇਹ ਇਹਨਾਂ ਨੇ ਬਿਨਾ ਕਿਸੇ ਨੋਟਿਸ ਤੋਂ ਬੰਦ ਕਰਦੀਆਂ ਨੇ ਪਤਾ ਨਹੀਂ ਥੋੜੇ ਦਿਨ ਪਹਿਲਾਂ ਉਮੇਦ ਹਰ ਤਾਂ ਨਹੀਂ ਯਾਦਨ ਪਹਿਲਾਂ ਵੀ ਉਹਨਾਂ ਨੇ ਕਹਤਾ ਵੀ ਹਾਂ ਅਸੀਂ ਕੋਈ ਹਲੇ ਸਾਨੂੰ ਆਣੀ ਪਤਾ ਵੀ ਅਸੀਂ ਕਦੋਂ ਚਲਾਉਣੀ ਕਦੋਂ ਇਹ ਉਹਨਾਂ ਨੇ ਇਹ ਡਿਸੀਜਨ ਰਾਤੋਂ ਰਾਤ ਲੈ ਲਿਆ ਤੇ ਜਿਨ੍ਹਾਂ ਨੇ ਮਤਲਬ ਵੀ ਇੱਕ ਦਿਨ ਜਿਵੇਂ ਅੱਜ ਜਿਵੇਂ ਅੱਜ ਰਾਤ ਨੂੰ ਬੰਦ ਕਰਨਾ ਹੋਇਆ ਨਾ ਜਿਨ੍ਹਾਂ ਦੀ ਅੱਜ ਫੈਲਾਂ ਲਾਈਆਂ ਸੀ ਬੰਦੇ ਨੇ ਸਵੇਰ ਤੇ ਉਹਨਾਂ ਨੂੰ ਵੀ ਵਾਪਸ ਕਰਤਾ ਵੀ ਅਸੀਂ ਹੁਣ ਇਸ ਸਟੇਮ 'ਚ ਅਸੀਂ ਫੈਲਾ ਲੈ ਨਹੀਂ ਰਹੇ ਹਨਾ ਤੁਸੀਂ ਵੇਟ ਕਰੋ ਤੇ ਮਾੜੀ ਗੱਲ ਹੈ ਇਹ ਚੰਗੀ ਗੱਲ ਥੋੜਨਾ ਹੈ ਕਿ ਵੀ ਜਵਾਕ ਨੇ ਇੰਨਾ ਟਾਈਮ ਵੇਸਟ ਕਰਿਆ ਸਾਲ ਸਾਤਾ ਐਕਸਪੀਰੀਅੰਸ ਪੂਰਾ ਕਰਿਆ ਕਿਉਂਕਿ ਇਹ ਜਿਹੜੀਆਂ ਪ੍ਰਵਿੰਸਾਂ ਨੇ ਜਿੱਥੇ ਇਹਨਾਂ ਚ ਤਾਂ ਹੀ ਇਹ ਲੋਕ ਆਉਂਦੇ ਨੇ ਕਿਉਂਕਿ ਇੱਥੇ ਪੀਆਰ ਸੌਖੀ ਹੁੰਦੀ ਹੈ ਪਰ ਇੱਥੇ ਲਾਈਫ ਸਟਾਈਲ ਮਾੜਾ ਮਾੜਾ ਨਹੀਂ ਕਹਾਂ ਤੇ ਵੀ ਥੋੜਾ ਜਿਆ ਐਨਟਾਰੀਓ ਨਾਲ ਘੱਟ ਪੈਸੇ ਬੰਦਿਆ ਤੇ ਘੱਟ ਖਾਣ ਪੀਣ ਦੀ ਚੀਜ਼ ਹੈ ਤੇ ਆਪਣੇ ਲੋਕ ਘੱਟ ਨੇ ਆਪਣੀਆਂ ਕਮਿਊਨਿਟੀ ਘੱਟ ਹਨ ਤੇ ਤਾਂ ਕਰਕੇ ਥੋੜਾ ਜਿਆ ਆਪ ਨੂੰ ਡਿਫਰੈਂਟ ਲੱਗਦਾਗਾ ਵੀ ਇੱਥੇ ਬੰਦੇ ਪੀਆਰ ਲਈ ਆਉਂਦੇ ਤੇ ਉਹੀ ਇਹਨਾਂ ਨੇ ਬੰਦ ਕਰ ਤੇ ਸੌਖੇ ਰਾਹ ਪਰ ਘਬਰਾਉਣ ਦੀ ਗੱਲ ਨਹੀਂ ਵੀ ਹੋਰ ਜਿਹੜੀਆਂ ਸਟੀਮਸ ਇੰਜੀਨ ਸਕਿਲਡ ਵਰਕਰ ਤੇ ਜਿਹੜਾ ਅਟਲੈਂਟਿਕ ਪ੍ਰੋਗਰਾਮ ਆ ਉਹ 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 ਹੈਗਾ ਹਲੇ ਵਰ ਕੀ ਪਤਾ ਇਹਨਾਂ ਨਿਊਜ਼ ਆਵੇ ਵੀ ਕੱਲ ਨੂੰ ਵੀ ਬੰਦ ਕਰਤਾ ਕਿਉਂਕਿ ਇਹ ਜਿਹੜਾ ਇਹਨਾਂ ਦਾ ਇਹਨਾਂ ਸਿਸਟਮ ਜਾਂ ਹੋਰ ਹੀ ਖਰਾਬ ਜਾ ਹੋਇਆ ਪਿਆ ਵੀ ਇਮੀਗ੍ਰੇਸ਼ਨ ਵਾਲਿਆਂ ਦਾ ਪਤਾ ਨਹੀਂ ਕਿਉਂ ਵੀ ਪਿਛਲੇ ਸਾਲ ਤਾਂ ਕਿੰਨੇ 4.5 ਲੱਖ ਬੰਦੇ ਹੁੰਦੇ ਪੱਕਾ ਕਰਨਾ ਹਰ ਸਾਲ ਪਿਛਲੇ ਸਾਲ ਤਾਂ ਇਹਨਾਂ ਨੇ ਪੀਐਨਪੀ ਉਹ ਪੀਟੀਆ ਟੂ ਪੀਆਰ ਵੀ ਕੱਢਤੀ ਹਨਾ ਤੇ ਉਸ ਤੋਂ ਬਾਅਦ ਚੋਂ ਇਹਨਾਂ ਨੇ ਉਹ ਤਾਂ ਬਹੁਤ ਬੱਚੇ ਪੱਕੇ ਹੋ ਗਏ ਉਹ ਚ ਤੇ ਹੁਣ ਇਹਨਾਂ ਨੇ ਆਹਾ ਵੀ ਪੀ ਐਨ ਪੀ ਵੀ ਖਰਾਬ ਬੰਦ ਕਰ ਰਹੇ ਆ ਪੀ ਐਨ ਪੀ ਵਾਲਾ ਆ ਵੀ ਖਰਾਬ ਕਰ ਰਹੇ ਆ ਵੀ ਇਹ ਕਿਸੇ ਨਾਲ ਇਨਸਾਬ ਤਾਂ ਹੋਇਆ ਨਹੀਂ ਸਾਰੇ ਨਾਲ ਹਨਾ ਜਿਹੜੇ ਪਹਿਲਾਂ ਲੱਗ ਗਏ ਲੱਗ ਗਏ ਜਿੰਨਾਂ ਕੋਲ ਆਈ ਲਰਸ ਸੀਗਾ ਉਹਨਾਂ ਨੇ ਕਰ ਲਿਆ ਉਤੋਂ ਜਿਹੜਾ ਨੋਵਾਸਕੋਚ ਨਿਊ ਬ੍ਰੈਂਸਵਿਕ ਸੌਲੀ ਨਿਊ ਬ੍ਰੈਂਸਵਿਕ ਕਰਾ ਦੇਣੇ ਚੱਲ ਆਏ ਤਰਲਾ ਮਾਰਿਆ ਵੀ ਆਪਾਂ ਮੇਲ ਪਾਉਣੇ ਆ ਇਹਨਾਂ ਨੇ ਕਿਹਾ ਵੀ ਇੱਥੇ ਬੱਚੇ ਪੀਆ ਲੈਣ ਆਏ ਸੀ ਪਰ ਜੇ ਤੁਸੀਂ ਇਹਨਾਂ ਰੋਲੀਆਂ ਬੰਦ ਕਰਤਾ ਤਾਂ ਉਹ ਕੰਮ ਛੱਡ ਦੇਣਗੇ ਹਨਾ ਤੇ ਉਹ ਉਹਨਾਂ ਨੇ ਪਤੰਦਰਾਂ ਨੇ ਕੋਈ ਪ੍ਰਵਾਹ ਨਹੀਂ ਕਰੀ ਉਹ ਕਹਿੰਦੇ ਵੀ ਕੋਈ ਨਹੀਂ ਛੱਡ ਦੇ ਤਾਂ ਛੱਡ ਦੇਣੇ ਇਹਦਾ ਮਤਲਬ ਤੁਹਾਡੇ ਨਾਲ ਇਹ ਬੰਦੇ ਲੋਇਲ ਨਹੀਂ ਹੈਗੇ ਉਹ ਕਹਿੰਦੇ ਵੀ ਜੇ ਤੁਸੀਂ ਪੱਕਾ ਕਰੋਗੇ ਤਾਂ ਇਹ ਰਹਿ ਵੀ ਪੈਣਗੇ ਪਰ ਐਂ ਥੋੜਨਾ ਵੀ ਕਿ ਬੰਦੇ ਦਾ ਕੰਮ ਖਰਾਬ ਕਰ ਦੋ ਤੇ ਉਹਨੇ ਤਾਂ ਉਹਦਾ ਵਰਕ ਪਰਮਿਟ ਮੁੱਕਣ ਵਾਲਾ ਤੇ ਉਹਨੇ ਤਾਂ ਕੋਈ ਨਾ ਕੋਈ ਰਾਹ ਦੇਖਣਾ ਹੀ ਹੈ ਉਹਦਾ ਨੀਂਨਾ ਦੇ ਦਿਮਾਗ ਚ ਕੀ ਚੱਲੀ ਜਾਂਦਾਗਾ ਇਹ ਬਿਹੇਵ ਹੁਣ ਮਾੜਾ ਕਰੀ ਜਾਂਦੇ ਆਗੇ ਨਾ ਕੋਈ ਟੀਆਰ ਦਾ ਪੀਆਰ ਦਾ ਹੋ ਇਹਨਾਂ ਦਾ ਕੋਈ ਰਾਹ ਦਿਖਾ ਰਹੇ ਆ ਜਿਹੜੀ ਐਕਸਪ੍ਰੈਸ ਐਂਟਰੀ ਉਹਦਾ ਪਤਾ ਨਹੀਂ ਕਿੰਨੇ ਕੇ ਟਾਈਮ ਦੀ ਬੰਦ ਹੋਈ ਪਈ ਆ ਆਪਾਂ 96 ਬਿੱਲ ਦੀ ਗੱਲ ਕਰੀਏ ਜਿਹੜਾ ਕਯੂਬਿਕ ਚ ਪਾਸ ਹੋਇਆ ਉਹਦਾ ਵਿਰੋਧ ਵੀ ਵਾਵਾ ਹੋਇਆ ਪਰ ਫਿਰ ਵੀ ਉਹਨਾਂ ਨੇ ਧੱਕੇ ਨਾਲ ਪਾਸ ਕਰ ਹੀ ਦਿੱਤਾ ਨਾ ਤੇ ਉਹ ਚ ਕਹਿੰਦੇ ਵੀ ਇਹ ਕਯੂਬਿਕ ਫ੍ਰੈਂਚ ਸਟੇਟ ਆ ਨਾ ਤੇ ਇਹਨੂੰ ਫ੍ਰੈਂਚ ਜੀ ਅਸੀਂ ਫ੍ਰੈਂਚ ਦੀ ਮਤਲਬ ਹੋ ਕਰਨੀ ਹੈ ਨੈਸੈਸਰੀ ਕਰਨੀ ਹੈ ਵੀ ਜਿਹੜੇ ਇੱਥੇ ਬੱਚੇ ਆਉਣਗੇ ਹਨਾ ਹੁਣ ਜੇ ਉਹ ਫ੍ਰੈਂਚ ਦਾ ਪੇਪਰ ਪਾਸ ਕਰਨਗੇ ਤਾਂ ਹੀ ਉਹਨਾਂ ਨੂੰ ਡਿਪਲੋਮਾ ਮਿਲੂਗਾ ਕਾਮਤੇ ਵੀ ਉਹਨਾਂ ਨੂੰ ਪਤਾ ਨਹੀਂ 50% ਪਤਾ ਨਹੀਂ 25% ਜਿੰਨਾ ਵੀ ਪਤਾ ਨਹੀਂ ਕਿੰਨੇ ਪਰਸੈਂਟ ਇਹਨਾਂ ਨੂੰ ਬੰਦੇ ਫ੍ਰੈਂਚ ਬੋਲਣੇ ਚਾਹੀਦੇ ਆ ਜੇ ਨਹੀਂ ਮਿਲਦੇ ਫ੍ਰੈਂਚ ਬੋਲਦੇ ਤਾਂ ਉਹਨਾਂ ਨੂੰ ਕੰਮ ਤੋਂ ਵੀ ਕੱਢ ਦੇਣਗੇ ਤੇ ਸਾਰੀਆਂ ਜਿਹੜੀਆਂ ਮਤਲਬ ਵੀ ਆ ਆਪਾਂ ਕਹਦੇ ਇਹ ਵੀ ਸਰਕਾਰੀ ਦਫ਼ਤਰ ਹੋਣਗੇ ਉਹਨਾਂ 'ਚ ਵੀ ਫਰਾਂਚ ਬੋਲੀ ਜਾਊਗੀ ਫਰਾਂਚ ਲਿਖੀ ਜਾਊਗੀ ਸਾਰਾ ਕੁਝ ਫਰਾਂਚ ਚਾਊਗਾ ਇਹਦਾ ਵਿਰੋਧ ਬਹੁਤ ਕਰਿਆ ਪਰ ਉਹਨਾਂ ਨੇ ਫਿਰ ਵੀ ਯਾਰ ਕਿਸੇ ਗੱਲ ਨਹੀਂ ਸੁਣੀ ਜਦੋਂ ਇਹ ਆਪ ਦੀ ਆ ਜਾਂਦੇ ਆਪ ਦੀ ਆਈ ਤੇ ਇਹ ਸਾਰੇ ਪੇਪਰ ਵੀ ਉਹਨਾਂ ਫਰਾਂਚ 'ਚ ਹੋਣਗੇ ਤੇ ਜਿਹਨੇ ਪੀਆਰ ਲੈਣੀ ਆ ਉਹਨੂੰ ਫਰਾਂਚ ਜ਼ਰੂਰੀ ਹੀ ਜ਼ਰੂਰੀ ਆ ਉਹ ਬਿਨਾਂ ਫਰਾਂਚ ਤੋਂ ਪੇਪਰ ਨਹੀਂ ਕਲੀਅਰ ਮਤਲਬ ਪੀਆਰ ਨਹੀਂ ਲੈ ਸਕਦਾ ਯੂਬੀਕ 'ਚ ਯੂਬੀ ਕਾਰਲੇ ਵੀ ਲਾਹ ਮਾਣਾ ਇਹਨਾਂ ਨੇ ਕਾੜਤਾ ਨਿਊ ਬ੍ਰੈਂਸਿਕ ਵਗੈਰਾ ਨੇ ਵੀ ਨੋਵਾਸ ਕੋਚਲ ਨੇ ਉਹਨਾਂ ਪ੍ਰਿੰਸ ਐਡ ਵਰ ਰਹਾ ਹੈਗਾ ਤੇ ਨਿਊ ਫੋਨ ਲੈ ਰਿਹਾ ਹੈਗਾ ਹਾਲੇ ਤੱਕ ਸੁੱਖ ਦਾ ਸਾਹ ਹਲੇ ਇਹਨਾਂ ਨੇ ਨਹੀਂ ਇਹਨਾਂ ਨੇ ਕੁਝ ਕਰ ਰਿਹਾ ਪਰ ਐ ਨਹੀਂ ਪਤਾ ਵੀ ਆ ਵੀਡੀਓ ਤੋਂ ਬਾਅਦ ਕੱਲ ਰਾਤ ਨੂੰ ਕਹਿੰਦੇ ਨੇ ਵੀ ਚਲੋ ਜੀ ਇਹਨਾਂ ਚ ਵੀ ਆ ਕੰਮ ਕਰਦੀ ਹੈ ਹਨਾ ਪਤਾ ਨਹੀਂ ਇਹਨਾਂ ਨੂੰ ਕੀ ਦੇਖਿਆ ਹੈਗਾ ਹੁਣ ਤਾਂ ਆਪਾਂ ਨਵਾਂ హెయిਰ ਕੱਟ ਲੈ ਲਿਆ ਸੀ ਮੇਰੇ ਸਾਹ ਨੂੰ ਮੈਨੂੰ ਤਾਂ ਸਭ ਇਹ ਸਮਰ హెయిਰ ਕੱਟ ਲੈਂਦਾ ਸੀ ਕਿਉਂਕਿ ਮੇਰੇ ਵਾਲ ਬਹੁਤ ਛੇਤੀ ਆ ਜਾਂਦੇ ਆ ਮਤਲਬ ਵੀ ਬਾਰੇ ਬਾਰੇ ਤਾਂ ਕਰਕੇ ਮੈਂ ਆਇਆ ਥੋੜਾ ਚੇਂਜ ਲੈ ਕੇ ਆਂਦਾ ਪਹਿਲਾਂ ਤਾਂ ਮੇਰੇ ਟੇਢੇ ਵਾਲ ਹੁੰਦੇ ਸੀਗੇ ਵੱਡੇ ਵੱਡੇ ਬਸ ਥੋੜੇ ਜਿਹੀ ਗੁੰਝਲੇਦਾਰ ਹੋ ਜਾਂਦੇ ਸੀ ਉਹ ਵੱਡੇ ਹੋ ਜਾਂਦੇ ਨਾ ਪਰ ਮੈਂ ਹੁਣ ਆ ਇਹ ਕੱਟ ਲੈ ਲਿਆ ਤੁਹਾਨੂੰ ਸ਼ਾਇਦ ਪਸੰਦ ਆਇਆ ਹੋਵੇਗਾ ਤੇ ਜੇ ਹੋਰ ਕੋਈ ਸਵਾਲ ਹੋਇਆ ਟਾਕਮੈਂਟ ਹੈ ਜਰੂਰ ਦੱਸਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਜਿਹੜੇ ਆਪਣੇ ਮਿੱਤਰ ਪਿਆਰੇ ਇੰਨਾ ਸਟੇਟਾਂ 'ਚ ਰਹਿੰਦੇ ਨੇ ਹਨਾ ਤਾਂ ਉਹਨਾਂ ਨੂੰ ਜਰੂਰ ਤੁਸੀਂ ਕਹੋ ਵੀ ਆਹ ਚੀਜ਼ ਆ ਵੀ ਤੁਸੀਂ ਪਹਿਲਾਂ ਹੀ ਆਪ ਦਾ ਪੀਆਰ ਦਾ ਰਾ ਸੋਚ ਕੇ ਰੱਖੋ ਜਾਂ ਕਿਤੇ ਹੋਰ ਦੇਖੋ ਪਰ ਸ਼ਾਇਦ ਸ਼ਾਇਦ ਅਭੀ ਇਹ ਹੈ ਕਹਿਦਣ ਵੀ ਚਲ ਕੋਈ ਰਿਜ਼ਿਊਮ ਕਰ ਦੇਣੀ ਇਹ ਚੀਜ਼ਾਂ ਨੂੰ ਪਰ ਦਿਖਦਾ ਤਾਂ ਹਲੇ ਤੱਕ ਕੋਈ ਅਸਰ ਨਹੀਂ ਹੈਗਾ ਹਨਾ ਇਹਨਾਂ ਤੇ ਵੀ ਆਪ ਦੀ ਟੇਕ ਕੇਅਰ ਰੱਖੋ ਵੀ ਰਾ ਪਹਿਲਾਂ ਹੀ ਬੀ ਪਲਾਨ ਬਣਾ ਕੇ ਰੱਖੋ ਤੇ ਜੀ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚ